ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਪਿਛਲੇ ਵੀਡੀਓ 'ਚ ਮੈਂ ਗੱਲ ਕਰ ਰਹੀ ਜਾਨਵਰ ਦੀ ਕਿ ਕੁੱਤੇ ਕਿੰਨੇ ਵਫ਼ਾਦਾਰ ਔਰ ਕਿੰਨਾ ਇਨਸਾਨੀਅਤ ਦੇ ਨਾਲ ਉਹਨਾਂ ਦਾ ਲਗਾਓ ਹੈਗਾ ਔਰ ਕਿੰਨਾ ਉਹ ਇੱਜ਼ਤ ਪਾਓ ਦਿੰਦੇ ਆ, ਜਿਹੜਾ ਕਿ ਇਨਸਾਨ ਨੂੰ ਦੂਸਰੇ ਇਨਸਾਨ ਦੀ ਕਰਨੀ ਚਾਹੀਦੀ ਉਹ ਨਹੀਂ। ਅਤੇ ਇਹ ਵੀ ਜਿਹੜਾ ਹੁਣ ਕੇਸ ਹੋਇਆ ਵਾ ਕਿ ਮੇਰੇ ਦਿਮਾਗ ਵਿੱਚ ਆਇਆ ਕਿ ਮੈਨੂੰ ਪਹਿਲਾਂ ਇਹ ਨਹੀਂ ਪਤਾ ਲੱਗਣ ਕਿ ਕਾਰਨ ਕੀ ਆ। ਹੁਣੇ ਮੈਂ ਕਿਸੇ ਹੋਰ ਦੀ ਵੀਡੀਓ ਸੁਣੀ, ਉਹਦੇ ਤੋਂ ਹੀ ਮੈਂ ਫੀਡਬੈਕ ਦੇਣ ਲੱਗੀ ਕਿ ਉਹ ਮੇਰੇ ਆਪਣੇ ਵਿਚਾਰ ਹੈਗੇ ਆ, ਆਪਣੇ ਮਤਲਬ ਕਿ ਮੇਰੇ ਦਿਲ ਦੇ ਵਿੱਚ ਕੀ ਵਿਚਾਰ ਆਏ ਉਹ ਸੁਣਨ ਤੋਂ ਬਾਅਦ। ਜਿਹੜਾ ਦਿਲ ਰੋਜ਼ ਦਾ ਕੇਸ ਆ ਕਿ ਉਹ ਔਰਤ ਨੂੰ ਫਾਂਸੀ ਦੀ ਸਜ਼ਾ ਮਿਲੀ, ਅਤੇ ਮੇਰੇ ਖਿਆਲ ਨਾਲ ਤੁਹਾਨੂੰ ਮਤਲਬ ਕਿ ਹੈਂਗ ਕਰੋ ਜਿੰਨਾ ਚਿਰ ਮਤਲਬ ਕਿ ਇਮੀਜੀਏਟਲੀ, ਨਾ ਕਿ ਉਹਦਾ ਟਾਈਮ ਵੇਸਟ ਕਰੋ ਹੈ ਨਾ। ਕੋਰਟ ਜੇਲ੍ਹ ਚਲੋ, ਉਹ ਤਾਂ ਪਨਿਸ਼ਮੈਂਟ ਮਿਲ ਗਈ ਪਰ ਕਦੋਂ ਅਜੇ ਹੋਣੀ ਆ ਉਹ ਮੈਨੂੰ ਪਤਾ ਨਹੀਂ ਹੈਗਾ। ਪਰ ਮੈਂ ਗੱਲ ਕੀ ਕਰਨ ਲੱਗੀ ਹਾਂ, ਪੰਛੀ ਜਾਂ ਜਾਨਵਰ ਜਾਂ ਜਦੋਂ ਵੀ ਕਰੀ ਤੁਸੀਂ ਵੇਖਦੇ, ਤੁਹਾਡਾ ਵੀ ਜ਼ਰੂਰ ਵਾ ਪੈਂਦਾ ਹੋਣਾ। ਮੈਂ ਕਈ ਵਾਰ ਵੇਖਿਆ ਵਾ, ਕਈ ਵਾਰ ਮੈਂ ਜਦੋਂ ਇੱਧਰ ਪਾਣੀ ਪੁਣੀ ਦੇ ਕੰਢੇ ਘੁੰਮਣ ਜਾਂਦੀ ਹਾਂ ਨਾ, ਅਤੇ ਮੈਂ ਵੇਖਦੀ ਹਾਂ ਕਿ ਕਿਸੇ ਦੀ ਲੱਤ ਜਿਵੇਂ ਟੁੱਟੀ ਹੁੰਦੀ ਆ, ਜਿਹੜੇ ਪੰਛੀ ਹੁੰਦੇ ਆ, ਇੱਕ ਬੈਠਾ ਹੁੰਦਾ ਅਤੇ ਦੂਸਰਾ ਵਿੱਚ ਪਾਣੀ 'ਚ ਫਸਿਆ ਹੁੰਦਾ, ਅਤੇ ਮੈਂ ਜਿਹੜਾ ਉਰਾ ਆ ਚੁੱਕਾ ਹੁੰਦਾ ਜਿਹੜਾ ਬਿਲਕੁਲ ਤੰਦਰੁਸਤ ਹੈ, ਠੀਕ ਠਾਕ ਹੈ, ਉਹਦੀਆਂ ਮੈਂ ਅੱਖਾਂ 'ਚੋਂ ਕਈ ਵਾਰ ਅੱਥਰੂ ਵੇਖੇ ਉਸ ਪੰਛੀ ਦੇ, ਦੂਸਰੇ ਪੰਛੀ ਲਈ, ਕਿਉਂਕਿ ਦੂਸਰੇ ਪੰਛੀ ਦੀ ਮੈਂ ਵੇਖਿਆ ਲੱਤ ਟੁੱਟੀ ਹੋਈ ਅਤੇ ਉਹ ਨਿਕਲ ਨਹੀਂ ਸਕਦਾ, ਰਿੜ ਰਿੜ ਕੇ ਵੀ ਡਿੰਨ ਦਿਆ ਤਾਂ ਵੀ ਨਿਕਲ ਸਕਦਾ, ਉਹ ਉੱਡ ਕੇ ਉਹਦੇ ਕੋਲ ਜਾਂਦਾ ਪੰਛੀ ਕੋਲ, ਜਿਵੇਂ ਮਤਲਬ ਕਿ ਇੱਕ ਧਰਵਾਸ ਦਵਾਉਂਦਾ ਵਾ ਵੀ ਹੌਂਸਲਾ ਨਾ ਛੱਡ ਅਤੇ ਮਤਲਬ ਕਿ ਬਾਹਰ ਕਿਸੇ ਤਾਂ ਜਾ। ਫਿਰ ਜਦੋਂ ਉਹ ਕੋਲ ਨਹੀਂ ਆ ਜਾਂਦਾ ਫਿਰ ਇਹ ਵਾਪਸ ਬਾਹਰ ਆ ਕੇ ਫਿਰ ਵੇਖਦਾ ਉਹਦੇ ਵੱਲ। ਇਹ ਵਾ ਪੰਛੀ, ਇਹ ਵਾ ਜਾਨਵਰ ਜਿਹੜੇ ਇੱਕ ਦੂਸਰੇ ਦੇ ਹਮਦਰਦ ਆ। ਉਹ ਕਿਹੜਾ ਕਿ ਜਿਹੜਾ ਦੂਸਰਾ ਪੰਛੀ ਆ ਉਹ ਤਾਂ ਪਤਾ ਨਹੀਂ ਉਹਨੂੰ ਕਿ ਉਹ ਕਿਹੜਾ ਉਹਦਾ ਮਾਮੇ ਚਾਚੇ ਦਾ ਬੇਟਾ ਜਾਂ ਬੇਟੀ ਹੋਣੀ ਆ। ਮਤਲਬ ਕਿ ਇੱਕ ਸੇਮ ਕੈਟਾਗਰੀ ਹੋਣ ਕਰਕੇ ਇੱਕ ਦੂਸਰੇ ਦੇ ਮਦਦਗਾਰ ਨੇ, ਇੱਕ ਦੂਸਰੇ ਦੇ ਹਮਦਰਦ ਨੇ, ਇਸ ਇੱਕ ਦੂਸਰੇ ਦੇ ਦਰਦ ਦੇ ਨਾਲ ਦਰਦ ਸਹਿੰਦੇ ਆ, ਕਿਉਂਕਿ ਉਹ ਪੰਛੀ ਪੰਛੀ ਜਾਨਵਰ ਜਾਨਵਰ, ਪਰ ਉਹ ਆਪਣੇ ਅਤੇ ਇੱਕ ਦੂਸਰੇ ਦੇ ਦਰਦ ਸਹਿੰਦੇ ਹੀ ਆ। ਤੂੰ ਇਨਸਾਨਾਂ ਦੇ ਨਾਲ ਵੀ ਪਿਆਰ ਕਰਦੇ ਹੈਗੇ, ਬਿੱਲੀ ਕੋਈ ਬਹਿ ਜਾਵਾਂ ਕਿਵੇਂ ਉਹ ਤੁਹਾਨੂੰ ਚੁੰਮਣ ਚੱਟਣ ਲੱਗ ਪੈਂਦੀ ਹੈਗੀ ਆ, ਕਿਸੇ ਚਿੜੀ ਨੂੰ ਵਿਚਾਰੀ ਨੂੰ ਬੁਲਾ ਕੇ ਵੇਖ ਲਓ, ਉਹਨੂੰ ਜੋ ਹੌਂਸਲਾ, ਜੇ ਵੀ ਤੁਸੀਂ ਉਹਨੂੰ ਮਾਰੋਗੇ ਨਹੀਂ ਤਾਂ ਉਹ ਆਪਣੇ ਆਪ ਹੀ ਤੁਹਾਡੇ ਕੋਲ ਲੱਗ ਗਿਆ ਆਉਣਾ ਚਾਹੁੰਦੇ ਆਉਣਾ ਸ਼ੁਰੂ ਕਰ ਦਿੰਦੀ ਆ। ਅਤੇ ਇੱਕ ਇਨਸਾਨ ਹੀ ਇੰਨਾ ਜ਼ਿਆਦਾ ਖਤਰਨਾਕ ਹੋ ਗਿਆ ਵਾ, ਹਵਾਨ ਹੋ ਗਿਆ, ਸ਼ੈਤਾਨ ਹੋ ਗਿਆ ਵਾ ਕਿ ਵੱਡਿਆਂ ਨੂੰ ਤਾਂ ਛੱਡੋ, ਬਿੱਲੀਆਂ 'ਤੇ ਇਹੋ ਜਿਹੀ ਸੋਚ ਹੀ ਨਹੀਂ ਆਉਣੀ ਚਾਹੀਦੀ। ਅਤੇ ਤੁਸੀਂ ਇੱਕ ਬੱਚੇ ਨੂੰ, ਛੋਟੀ ਜਿਹੀ ਬੱਚੀ ਨੂੰ ਜਿਹਨੂੰ ਪਤਾ ਹੀ ਨਹੀਂ, ਜਿਹਨੂੰ ਜਿਹਦੀ ਜੋ ਜਿਹੜੀ ਜਿਹੜਾ ਬੱਚਾ ਉਹ ਫੀਲਿੰਗ ਲੈ ਰਿਹਾ ਹੋਣਾ ਵਾ ਕਿ ਇਹਦੇ ਅੰਦਰ ਵੀ ਮੇਰੀ ਮਾਂ ਵਰਗਾ ਹੀ ਕਲੇਜਾ ਵਾ, ਇਹ ਵੀ ਮਾਂ ਵਾਂਗੂ ਹੀ ਪਿਆਰ ਕਰਨੀ ਹੋਣੀ, ਜਿਵੇਂ ਉਹ ਸਕੂਟਰ ਦੇ ਉੱਤੇ ਅੱਗੇ ਬੈਠੀ ਹੋਈ ਆ, ਅਤੇ ਉਹ ਵੀ ਸ਼ਾਇਦ ਉਹ ਨਿੱਘ ਮੰਨਣ ਡੀ ਹੋਵੇ ਕਿ ਸ਼ਾਇਦ ਇਹ ਮਾਂ ਮੇਰੀ ਦਾ ਹੀ ਕਲੇਜਾ ਵਾ, ਮੇ ਉਹਦੇ ਵਾਂਗੂ ਹੀ ਪਿਆਰ ਕਰਨ ਡਈ ਇਹ ਆਂਟੀ ਮੈਨੂੰ। ਪਰ ਆਂਟੀ ਕਿੰਨੀ ਖਤਰਨਾਕ ਸੀ, ਸਕੂਟਰ 'ਤੇ ਇੱਦਾਂ ਭਜਾ ਕੇ ਜਾਂਦੀ ਆ। ਤੁਸੀਂ ਧਿਆਨ ਰੱਖਿਓ ਆਪਣੇ ਆਲੇ ਦੁਆਲੇ ਕਿ ਇਸ ਤਰ੍ਹਾਂ ਦੇ ਤੁਹਾਡੇ ਆਂਢ ਗੁਆਂਢ ਵਿੱਚ, ਇਸ ਤਰ੍ਹਾਂ ਦੇ ਤੁਹਾਡੇ ਰਿਸ਼ਤਿਆਂ ਦੇ ਵਿੱਚ, ਇਸ ਤਰ੍ਹਾਂ ਦੇ ਤੁਹਾਡੇ ਕਿਸੇ ਵੀ, ਇਹ ਨਹੀਂ ਗੱਲ ਹੁੰਦੀ ਕਿ ਉਹ ਰਿਸ਼ਤੇ ਮਤਲਬ ਕਿ ਜਿਵੇਂ ਇਨਸਾਨੀਅਤ ਦੇ ਨਾਤੇ ਡਜ਼ਨਟ ਮੈਟਰ ਕਿ ਉਹ ਸਿਰਫ ਉਹ ਜਿਹੜੇ ਪੰਜਾਬੀ ਆ ਉਹ ਹੀ ਇੱਦਾਂ ਹੋਣੇ ਆ। ਇਨਸਾਨ ਜਿਹੜਾ ਵੀ ਨਾ ਇਨਸਾਨ ਹੈ ਨਾ, ਉਹ ਕਿਸੇ ਵੀ ਜਾਤ ਦਾ, ਧਰਮ ਦਾ, ਕਿਸੇ ਵੀ ਰੰਗ ਦਾ ਵੀ ਹੋਵੇ, ਕੋਈ ਵੀ ਖਤਰਨਾਕ ਹੋ ਸਕਦਾ। ਅਜੇ ਹੁਣੇ ਮੈਂ ਥੋੜ੍ਹੇ ਦਿਨ ਸੁਣਿਆ ਸੀ ਕਿ ਇੱਕ ਗੋਰੀ ਆਪਣੀ
ਛੋਟੀ ਜਿਹੀ ਬੱਚੀ ਨੂੰ ਛੋਟੀ ਜਿਹੀ ਬੱਚੀ ਨੂੰ ਪਤਾ ਨਹੀਂ ਕਿੰਨੇ ਸਾਲ ਦੀ ਸੀ, 4-5 ਸਾਲ ਦੀ, ਉਹਨੂੰ ਘਰੇ ਇਕੱਲੀ ਨੂੰ ਛੱਡ ਗਈ ਅਤੇ ਆਪ ਵਕੇਸ਼ਨ 'ਤੇ ਗਈ ਅਤੇ ਵੀਡੀਓ ਬਣਾਉਣ ਡਈ ਸੋਸ਼ਲ ਮੀਡੀਆ ਦੇ ਉੱਤੇ। ਅਤੇ ਬਾਅਦ 'ਚ ਜਦੋਂ ਘਰ ਆਉਂਦੀ ਹੈ ਤਾਂ ਪਤਾ ਨਹੀਂ ਉਹਦੀ ਧੀ ਕਦੋਂ ਕਿੰਨੇ ਦਿਨ ਤੋਂ ਮਰੀ ਹੋਈ ਸੀ ਅਤੇ ਪੁਲਿਸ ਨੂੰ ਕਾਲ ਕਰਦੀ ਆ, ਅਮੈਰੀਕਾ ਦੀ ਗੱਲ ਆ, ਵੀ ਉਹ ਪਤਾ ਨਹੀਂ ਖੇਡਦੀ ਸੀ ਅਤੇ ਉਹਨੂੰ ਕਿੰਨੇ ਦਿਨਾਂ ਦੀ ਭੁੱਖ ਨਹੀਂ ਲੱਗਣ ਡਈ ਅਤੇ ਉਹ ਖਤਮ ਹੋ ਗਈ। ਅਤੇ ਉਹਨਾਂ ਨੇ ਉਹਦੀ ਸਾਰੀ ਚੈੱਕਅਪ ਕੀਤੀ ਬੱਚੇ ਦੀ ਅਤੇ ਇਹ ਕੀਤਾ ਵੀ ਕਿੰਨੇ ਦਿਨਾਂ ਤੋਂ ਹੀ ਉਹਨੇ ਖਾਣਾ ਨਹੀਂ ਖਾਧਾ। ਇਹ ਕਹਿਤਾ ਕਿ ਉਹਨੂੰ ਭੁੱਖ ਨਹੀਂ ਲੱਗਦੀ, ਭੁੱਖ ਉਹਨੂੰ ਲੱਗਣੀ ਕਿ ਤੁਹਾਨੂੰ ਭੁੱਖ ਦੇ ਖਾਣਾ ਖਵਾਉਣ ਵਾਲੇ ਨਹੀਂ, ਛੋਟਾ ਜਿਹਾ ਬੱਚਾ, ਅਤੇ ਉਹ ਭੁੱਖੇ ਮਰ ਗਿਆ। ਇਹ ਕਰਕੇ ਇਹ ਕਹਿਣ ਡੀ ਕਿ ਮੈਂ ਗੱਲ ਜੋ ਕਰਨੀ ਹੈ, ਮੈਂ ਗੱਲ ਪੰਜਾਬੀ ਦੀ ਨਹੀਂ ਗੱਲ ਕਰਨ ਡੀ, ਗੱਲ ਮੈਂ ਸਾਰੀ ਇਨਸਾਨੀਅਤ ਦੀ ਗੱਲ ਕਰਨੀ ਆ ਕਿ ਜਿਨ੍ਹਾਂ ਨੂੰ ਇਨਸਾਨ ਆਪਾਂ ਕਹਿੰਦੇ ਹਾਂ, ਆਪਾਂ ਇਨਸਾਨ ਜਿਨ੍ਹਾਂ ਨੂੰ ਸਮਝਦੇ ਹੈਗੇ ਹਕੀਕਤ ਦੇ ਵਿੱਚ ਇਨਸਾਨ ਦੇ ਨਾਂ 'ਤੇ, ਉਹ ਭਗਵਾਨ ਨੇ ਜਿਹੜਾ ਇਹ ਥੋੜ੍ਹਾ ਹਵਾਨੀਅਤ ਦਾ ਮਾਦਾ ਥੋੜ੍ਹਾ ਥੋੜ੍ਹਾ ਜਾਨਵਰਾਂ ਵਿੱਚ ਇਹੋ ਜਿਹੀਆਂ ਚੀਜ਼ਾਂ 'ਚ ਹੋਣਾ ਚਾਹੀਦਾ ਤਾਂ ਉਹਨਾਂ 'ਚੋਂ ਖਤਮ ਹੋ ਚੁੱਕਾ, ਪਰ ਜਿਹੜਾ ਅਸਲੀ ਇਨਸਾਨ ਜਿਹਨੂੰ ਇਨਸਾਨ ਦਾ ਦੂਸਰਾ ਨਾਂ ਇਨਸਾਨੀਅਤ, ਖਤਮ ਹੋ ਚੁੱਕਾ। ਤੁਸੀਂ ਸੋਚੋ ਕਿ ਆਪਣੇ ਬੱਚੇ ਨੂੰ ਤਾਂ ਉਹ ਵਕੇਸ਼ਨ ਉਹ ਛੱਡੋ, ਇਹ ਆਂਟੀ ਗੁਆਂਢੀ ਰਹਿੰਦੀ ਸੀ ਕਹਿੰਦੇ ਹੈ ਨਾ, ਜਿਹਨੂੰ ਹੁਣ ਫਾਂਸੀ ਦੀ ਸਜ਼ਾ ਮਿਲੀ ਹੈਗੀ ਆ, ਗੁਆਂਢੀ ਰਹਿੰਦੀ ਸੀ ਅਤੇ ਮੈਂ ਆਉਂਦੀ ਵੀ ਇਹਨੇ ਕਿਉਂ ਇਹਦੇ ਦਿਲ ਵਿੱਚ ਆਇਆ ਕਿ ਮਾਰਨ ਲਈ, ਪਤਾ ਲੱਗਾ ਵੀ ਇਸ ਕਰਕੇ ਮਾਰਨ ਲਈ ਆਇਆ ਕਿ ਗੁਆਂਢਣ ਦੇ ਦੋ ਮਤਲਬ ਬੇਟੀਆਂ ਨੇ ਅਤੇ ਉਹ ਚਲੋ ਥੋੜ੍ਹੀ ਪ੍ਰਫੁੱਲਤ ਫੈਮਿਲੀ ਹੋਊਗੀ, ਮਾਂ ਬਾਪ ਰਿਚ ਹੋਣਗੇ, ਪਿਓ ਵੀ ਮੇਰੇ ਖਿਆਲ ਕੰਮ ਕਰਦਾ ਸੀ ਪੁਲਿਸ ਦੇ ਵਿੱਚ, ਤੂੰ ਆਪਣੇ ਬੱਚਿਆਂ ਲਈ ਖਿਡੌਣੇ ਲੈ ਕੇ ਆਉਂਦਾ। ਅਤੇ ਇਹਦੇ ਕੋਲ ਦੋ ਬੇਟੇ ਤਾਂ ਉਹ ਕਹਿੰਦੀ ਵੀ ਇਹ ਰੋਜ਼ ਹੀ ਖਿਡੌਣੇ ਆ ਖੇਡਦੇ ਅਤੇ ਮੇਰੇ ਬੱਚਿਆਂ ਨੂੰ, ਮੇਰਾ ਡਿਵੋਰਸ ਹੋਇਆ ਅਤੇ ਮੇਰੇ ਬੱਚਿਆਂ ਨੂੰ ਖਿਡੌਣੇ ਨਹੀਂ ਮਿਲਦੇ ਸੀ ਰੋਜ਼, ਕਿ ਮੇਰੇ ਕੋਲ ਕੰਮ ਨਹੀਂ ਹੈਗਾ ਅਤੇ ਮੈਂ ਉਹ ਜਿਹਨੂੰ ਖਿਡੌਣੇ ਮਿਲਦੇ ਉਹਦਾ ਕੰਮ ਹੀ ਖਤਮ ਕਰ ਦਿੱਤਾ। ਤੁਸੀਂ ਸੋਚੋ ਇਸ ਤਰ੍ਹਾਂ ਦੀ ਸੋਚ ਦੀਆਂ ਔਰਤਾਂ ਤੁਸੀਂ ਰੋਜ਼ ਕਿੰਨੀਆਂ ਨਾਲ ਡੀਲ ਕਰਦੇ ਹੋਣੇ ਆ, ਪਰ ਤੁਹਾਨੂੰ ਪਤਾ ਨਹੀਂ ਲੱਗਦਾ ਨਾ, ਕਿਉਂਕਿ ਉਹਨਾਂ ਦਾ ਸਰੀਰ ਵੀ ਤੁਹਾਡੇ ਵਰਗਾ, ਉਹਨਾਂ ਦਾ ਸਰੀਰ ਵੀ ਸਾਡੇ ਵਰਗਾ, ਅੱਖਾਂ ਵੀ, ਦਿਮਾਗ ਵੀ, ਸਾਰਾ ਕੁਝ ਸਾਡੇ ਵਰਗਾ, ਪਰ ਤੁਹਾਨੂੰ ਅੰਦਰ ਬਾਰੀ ਦੇ ਬੰਦ ਵਿੱਚ ਤੁਹਾਨੂੰ ਇਹ ਨਹੀਂ ਪਤਾ ਕਿ ਉਹ ਇਨਸਾਨ ਕੀ ਸੋਚਣ ਡਿਆ। ਉਹ ਬੱਚਾ ਜਿਹਨੂੰ ਗਿਫਟ ਮਿਲਦੇ ਨੇ ਉਹਦੇ ਵਿੱਚ ਉਹਦਾ ਕੀ ਕਸੂਰ ਆ? ਬੱਚੇ ਦਾ ਕੋਈ ਕਸੂਰ ਨਹੀਂ, ਬੱਚਾ ਚੰਗੇ ਘਰ 'ਚ ਪੈਦਾ ਹੋਇਆ, ਉਹਨੂੰ ਗਿਫਟ ਮਿਲ ਰਿਹਾ ਹੈਗਾ, ਤੇਰੇ ਬੱਚਿਆਂ ਨੂੰ ਨਹੀਂ ਮਿਲ ਰਿਹਾ, ਅਤੇ ਇਹਦਾ ਮਤਲਬ ਇਹ ਥੋੜ੍ਹਾ ਕਿ ਤੂੰ ਕਿਸੇ ਦੇ ਬੱਚੇ ਨੂੰ ਮਾਰ ਹੀ ਦੇ। ਤੂੰ ਵੀ ਕੁਛ ਹੌਲੀ ਹੌਲੀ ਥੋੜ੍ਹੀ ਤਰੱਕੀ ਕਰਨ ਦੀ ਕੋਸ਼ਿਸ਼ ਕਰ, ਜੇ ਨਹੀਂ ਹੁੰਦੀ ਤਾਂ ਰੱਬ ਦੇ ਸ਼ੁਕਰ 'ਚ ਰਹਿ, ਵੀ ਆਪਣੇ ਬੱਚਿਆਂ ਨੂੰ ਸਮਝਾ ਵੀ ਕੋਈ ਗੱਲ ਨਹੀਂ। ਇਸ ਧਰਤੀ ਦੇ ਕਰੋੜਾਂ ਹੀ ਬੱਚੇ, ਲੱਖਾਂ ਹੀ ਰੋਜ਼ ਹੀ ਪੈਦਾ ਹੁੰਦੇ ਆ, ਰੋਜ਼ ਹੀ ਖਤਮ ਹੁੰਦੇ ਆ, ਔਰ ਰੋਜ਼ ਹੀ ਕੋਈ ਬੱਚੀ ਜਿਹੜੀ ਆ ਹੈ ਨਾ ਉਹ ਲੇਡੀ ਡਿਆਨਾ ਬਣ ਜਾਂਦੀ ਹੈ, ਅਤੇ ਕੋਈ ਭੱਠੇ ਦੇ ਉੱਤੇ ਬੈਠੀ ਇੱਟਾਂ ਬਣਾਉਣ ਡਈ ਹੁੰਦੀ ਆ। ਇਹ 'ਚ ਕਿਹੜਾ ਕਿਹੜਾ ਜਿਹੜੀ ਭੱਠੇ ਦੇ ਉੱਤੇ ਇੱਟਾਂ ਬਣਾਉਣ ਡਈ ਆ, ਜਾਂ ਜਿਹੜੀ ਸੜਕ ਦੇ ਉੱਤੇ ਭਿਖਾਰਨ ਬਣ ਗਈ ਵਿਚਾਰੀ ਕੁੜੀ ਜਾਂ ਔਰਤ, ਇਹਦਾ ਮਤਲਬ ਇਹ ਥੋੜ੍ਹਾ ਹੈਗਾ ਕਿ ਉਹਦੇ ਵਿੱਚ ਕੋਈ ਖਰਾਬੀ ਹੈਗੀ ਆ। ਅਤੇ ਜਿਹੜੀ ਰਾਜਿਆਂ ਦੇ ਘਰ ਪੈਦਾ ਹੋ ਗਈ ਆ ਅਤੇ ਉਹਦਾ ਕੁਛ ਮਤਲਬ ਕਿ ਉਹ ਜ਼ਿਆਦਾ ਬਿਹਤਰ ਹੋ ਗਈ। ਇਹ ਹੁੰਦਾ ਕਿ ਆਪਾਂ ਆਪਣੇ ਕਰਮਾਂ ਦੇ ਹਿਸਾਬ ਨਾਲ, ਜਾਂ ਜਿਵੇਂ ਜਿੱਥੇ ਜਿੱਥੇ ਤੁਸੀਂ ਪੈਦਾ ਹੁੰਦੇ ਜੇ, ਕਿੰਨਾ ਕਿੰਨਾ ਕੁ ਉੱਥੇ ਖਾਣ ਪੀਣ ਲਈ ਹੈਗਾ, ਤੁਹਾਨੂੰ ਉਹ ਚੀਜ਼ਾਂ ਉਹ ਅਗਲੇ ਪੇਰੈਂਟਸ ਕਰਕੇ ਦਿੰਦੇ ਆ। ਪਰ ਜਿਹੜੇ ਪੇਰੈਂਟਸ ਨਹੀਂ ਦੇ ਸਕਦੇ ਉਹ ਆਪਣੇ ਬੱਚਿਆਂ ਨੂੰ ਇਹ ਤਾਂ ਸਮਝਾ ਸਕਦੇ ਆ ਨਾ ਵੀ ਆਪਣੀ ਕਿਸਮਤ 'ਚ ਇੰਨਾ ਹੀ ਆ, ਆਪਾਂ ਇੱਦਾਂ ਹੀ ਰਹਿਣਾ। ਅਤੇ ਬੱਚੇ ਵੀ ਬੜੇ ਪਿਆਰੇ ਹੁੰਦੇ ਆ, ਸਮਝ ਜਾਂਦੇ ਹੈਗੇ ਹਰ ਗੱਲ ਨੂੰ, ਨਾ ਕਿ ਤੁਸੀਂ ਕਿਸੇ ਦੂਸਰੇ ਦੇ ਬੱਚੇ ਨੂੰ ਜੀਂਦੇ ਜੀ ਟੋਆ ਕੱਢ ਕੇ
ਉਹਨੂੰ ਤੁਸੀਂ ਖਤਮ ਕਰ ਦਿਓ। ਉਹ ਬੱਚਾ ਕੀ ਸੋਚਣ ਡਿਆ ਹੋਣਾ, ਉਹ ਬੱਚੇ ਨੂੰ ਤਾਂ ਵੀ ਨਹੀਂ ਪਤਾ ਹੋਣਾ ਜੋ ਟੋਆ ਕੱਢ ਕੇ ਪਾਇਆ ਹੋਣਾ, ਸ਼ਾਇਦ ਉਹ ਸੋਚਣ ਡਿਆ ਹੋਵੇ ਵੀ ਪਿਆਰੀ ਕਰਨ ਡਈ ਆ। ਉਹ ਬੱਚੇ ਨੂੰ ਨਹੀਂ ਪਤਾ, ਹੁਣ ਵੱਡੇ ਨੂੰ ਤੁਹਾਨੂੰ ਮੈਨੂੰ ਕੋਈ ਇੱਦਾਂ ਕਰਨ ਲੱਗੇ ਤਾਂ ਤੁਹਾਨੂੰ ਤਾਂ ਸਮਝ ਆ ਜੂ, ਜਿਹੜਾ ਛੋਟਾ ਬੱਚੀ ਆ ਉਹਨੂੰ ਕੀ ਸਮਝੇਗੀ ਕਿ ਮੈਨੂੰ ਇਹ ਚੀਜ਼ ਕਰਨ ਲੱਗੀ ਆ। ਉਹਨੇ ਤਾਂ ਇਹ ਸੋਚਿਆ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਬੱਚਿਆਂ ਨੂੰ। ਅਤੇ ਤੁਸੀਂ ਇਹ ਕਰਨ ਲਈ ਸ਼ਾਇਦ ਤੇਰੇ ਬੱਚਿਆਂ ਨੂੰ ਮੁੰਡਿਆਂ ਨੂੰ ਖਿਡਾਉਣੇ ਚਾਹੀਦੇ ਵੀ ਨਾ ਹੋਣ, ਉਹ ਸ਼ਾਇਦ ਤੇਰੇ ਤੋਂ ਜ਼ਿਆਦਾ ਸਮਝਦਾਰ ਹੋਣ ਵੀ ਕੋਈ ਗੱਲ ਨਹੀਂ ਹੈ ਨਾ, ਕਿ ਜਿੱਦਾਂ ਦੀ ਜ਼ਿੰਦਗੀ ਸਾਨੂੰ ਮਿਲੀ ਹੈ ਅਸੀਂ ਉਸ ਤਰ੍ਹਾਂ ਦੀ ਜੀਂਦੇ ਹਾਂ। ਅਤੇ ਤੁਸੀਂ ਫੜ ਕੇ ਇੱਕ ਬੱਚੇ ਦਾ ਕੋਈ ਵੀ ਇਸ ਮਤਲਬ ਕਿ ਇਸ ਤਰ੍ਹਾਂ ਦੇ ਜੈਨੀ ਤੌਰ 'ਤੇ ਬਿਮਾਰ ਲੋਕ ਆਪਣੇ ਆਲੇ ਦੁਆਲੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ, ਅਤੇ ਬੜਾ ਹੀ ਮਤਲਬ ਕਿ ਇੰਨਾ ਮੈਂ ਇਹ ਦਿਲ ਵਿੱਚ ਸੋਚਦੀ ਹੁੰਦੀ ਹਾਂ ਕਿ ਇੱਕ ਜ਼ਮਾਨਾ ਹੁੰਦਾ ਸੀ ਜਿਵੇਂ ਕਿਸੇ ਦੇ ਘਰ ਇੱਦਾਂ ਹੀ ਚਲੇ ਜਾਈਦਾ ਹੁੰਦਾ ਸੀ ਹੈ ਨਾ, ਬਸ ਸਾਨੂੰ ਡਰੈਸ ਦੱਸ ਇਹ ਚੀਜ਼ਾਂ। ਅੱਜ ਕੱਲ੍ਹ ਮੈਂ ਹੁਣ ਨੋਟ ਕਰਨ ਡੀ ਕਿ ਲੋਕ ਕਿਉਂ ਸਾਰੇ ਬਚ ਬਚਾ ਕੇ ਰਹਿੰਦੇ ਆ, ਕੋਈ ਕਿਸੇ ਨੂੰ ਦੱਸਦਾ ਹੀ ਨਹੀਂ, ਕਿਉਂਕਿ ਹਰ ਕੋਈ ਡਰ ਗਿਆ ਹੈਗਾ ਕਿ ਪਤਾ ਨਹੀਂ ਕਿਸੇ ਨੇ ਕੀ ਕਰ ਦੇਣਾ, ਕਿਸੇ ਨੂੰ ਕਿੰਨਾ ਸਾੜਾ ਵਾ ਇੱਕ ਦੂਸਰੇ ਦੇ ਨਾਲ। ਅਤੇ ਲੋਕ ਰਹਿੰਦੇ ਹੋਏ ਚੰਗੇ ਤੁਹਾਡੇ ਵਾਂਗੂ ਹੀ ਕੱਪੜੇ ਪਾਏ ਹੋਏ, ਬੰਦ ਉਹਨਾਂ ਦੀਆਂ ਬਾਰੀਆਂ ਬੰਦ, ਅਤੇ ਅੰਦਰੋਂ ਉਹਨਾਂ ਦੀਆਂ ਸੋਚਾਂ ਕਿੰਨੀਆਂ ਗੰਦੀਆਂ ਨੇ ਕਿ ਇਹ ਸਾੜਾ ਕਾਹਦਾ ਸਾੜਾ ਇਸ ਤਰ੍ਹਾਂ ਦੇ। ਇਹ ਤਾਂ ਚਲੋ ਜੈਨੀ ਤੌਰ 'ਤੇ ਬਿਮਾਰ ਔਰਤਾਂ ਨੇ ਅਤੇ ਬੱਚੇ ਨੂੰ ਫੜ ਕੇ ਕੱਢ ਕੇ ਟੋਆ ਅਤੇ ਉਹਦੇ ਵਿੱਚ ਪਾ ਤਾ, ਇਸ ਤਰ੍ਹਾਂ ਦੀਆਂ ਜੈਨੀ ਬਿਮਾਰ ਔਰਤਾਂ ਪਤਾ ਨਹੀਂ ਤੁਹਾਡੇ ਆਲੇ ਦੁਆਲੇ ਕਿੰਨੀਆਂ ਫਿਰਦੀਆਂ ਹੋਣੀਆਂ ਵਾ। ਉਹਨਾਂ 'ਚ ਇਹ ਹਿੰਮਤ ਨਹੀਂ ਹੋਣੀ ਕਿਸੇ ਨੂੰ ਮਾਰਨ ਦੀ, ਪਰ ਅੰਦਰੋਂ ਪੂਰੀ ਉਹ ਰੋਜ਼ ਹੀ ਮਾਰ ਰਹੀਆਂ ਹੋਣੀਆਂ ਤੁਹਾਨੂੰ, ਕਦੀ ਅੱਖਾਂ ਨਾਲ, ਕਦੀ ਖਿਆਲਾਂ ਦੇ ਨਾਲ, ਕਦੀ ਬੁਰੀਆਂ ਸੋਚਾਂ ਦੇ ਨਾਲ ਰੋਜ਼ ਹੀ ਤੁਹਾਡਾ ਕਤਲ ਕਰ ਰਹੀਆਂ ਹੋਣੀਆਂ। ਇਹੋ ਜਿਹੀਆਂ ਜੈਨੀ ਤੌਰ 'ਤੇ ਕਿੰਨੀਆਂ ਬਿਮਾਰ ਔਰਤਾਂ ਹੋਣੀਆਂ ਨੇ ਆਪਣੇ ਸਮਾਜ ਦੇ ਵਿੱਚ। ਅਤੇ ਮੈਂ ਫਿਰ ਇਹ ਗੱਲ ਕਰਨੀ ਕਿ ਸਿਰਫ ਪੰਜਾਬੀਆਂ 'ਤੇ ਨਹੀਂ ਟੁੱਕਦੀ, ਹਰ ਜਿਹੜਾ ਵੀ ਕੋਈ ਇਨਸਾਨ ਆ ਉਹ 'ਤੇ ਟੁੱਕਦੀ ਹੈਗੀ ਆ, ਕਿ ਸਾਡੇ ਇਨਸਾਨਾਂ ਵਿੱਚੋਂ ਕਿੰਨੇ ਇਨਸਾਨ ਜਿਹੜੇ ਜੈਨੀ ਤੌਰ 'ਤੇ ਬਿਮਾਰ ਆ। ਹੁਣ ਬਹੁਤ ਹੀ ਜ਼ਿਆਦਾ ਮਤਲਬ ਕਿ ਬਚ ਕੇ ਰਹਿੰਦਾ ਕਿ ਉਹ ਬੱਚੇ ਦਾ ਕੀ ਕਸੂਰ ਸੀ ਕਿ ਉਹਨੂੰ ਇਸ ਕਰਕੇ ਕਿ ਉਹਨੂੰ ਗਿਫਟ ਮਿਲਦੇ ਆ। ਉਹਨੂੰ ਤਾਂ ਬੱਚੇ ਨੂੰ ਤਾਂ ਕੋਈ ਹੈ ਹੀ ਨਹੀਂ ਕਿ ਉਹਨੂੰ ਨਾ ਵੀ ਗਿਫਟ ਦਿੱਤੇ ਜਾਣੇ, ਕਮ ਸੇ ਕਮ ਉਹਦੀ ਜ਼ਿੰਦਗੀ ਤਾਂ ਹੁੰਦੀ। ਅਤੇ ਤੇਰੇ ਕੋਲ ਨਹੀਂ ਤਾਂ ਤੂੰ ਆਪਣੇ ਬੱਚਿਆਂ ਨੂੰ ਸਮਝਾ ਨਾ ਕਿ ਉਹ ਵੀ ਨਹੀਂ ਸ਼ਾਇਦ ਮੰਗਣਗੇ। ਇਸ ਤਰ੍ਹਾਂ ਦੇ ਬਿਮਾਰ ਲੋਕ ਬਹੁਤ ਨੇ ਆਪਣੇ ਸਮਾਜ ਦੇ ਵਿੱਚ, ਬਚ ਕੇ ਰਹਿਣਾ।